ਮੈਨੂੰ ਦੇਖ ਕੇ, ਮੇਰੀ ਫੋਟੋ ਦੇਖ ਕੇ ਇਹਨਾਂ ਦੇ ਅੱਖਾਂ 'ਚ ਆਉਂਦਾ ਪਾਣੀ। ਹੁਣ ਨੰਨੀ ਸ਼ਾਂਤ ਬਣ ਗਈ ਨੇ ਮਾਣੀ। ਬਠਿੰਡੇ ਜਾ ਕੇ ਦੇਖਿਓ ਬੁਰਾ ਹਾਲ ਹੋਇਆ ਪਿਆ। ਇੱਕ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ, ਗਾਹਾਂ ਨਾਲ ਗੱਲ ਕਰ ਦਿਓ, ਠੀਕ ਹੈ ਨਾ। ਕੁਛ ਅਫਸਰ ਹੈਗੇ ਨੇ ਪੰਜਾਬ ਦੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਨੇ, ਸੁਖਬੀਰ ਹੋਰਾਂ ਦੇ, ਹਰਸਿਮਰਤ ਹੋਰਾਂ ਦੇ, ਉਹ ਅਫਸਰ ਮੈਨੂੰ ਦੱਸ ਦਿੰਦੇ, ਕਹਿੰਦੇ ਨਾਂ ਤਾਂ ਲਿਓ ਨਾ ਸਾਡਾ। ਮੈਂ ਕਿਹਾ ਨਾਂ ਨਹੀਂ ਲੈਂਦਾ। ਮੈਂ ਕਿਹਾ ਹਾਲ ਕੀ ਹੈ? ਕਹਿੰਦੇ ਰੋ ਕੇ ਸੌਂਦੇ ਨੇ, ਉੱਠ ਕੇ ਰੋਂਦੇ ਨੇ, ਵੀ ਆਹ ਨਵਾਂ ਪੰਗਾ ਕੀ ਪਾ ਗਿਆ। ਕਹਿੰਦਾ ਉੱਥੋਂ ਤੁਸੀਂ ਕਿੱਕਲੀ ਆ ਗਈ, ਕਹਿੰਦਾ ਹੁਣ ਹੋਰ ਹੀ ਟਿਕਣ ਦਿੰਦੀ ਕਿੱਕਲੀ। ਕਹਿੰਦਾ ਆਪਸ 'ਚ ਲੜਾਈਆਂ ਕਰੀ ਜਾਂਦੇ, ਤੂੰ ਮੇਰੇ ਭਾਈ ਦਾ ਐਂ ਕੀਤਾ, ਉਹ ਭਾਈ ਕਹਿੰਦਾ ਤਾਂ ਐਂ ਕੀਤਾ। ਕਹਿੰਦਾ ਲੜਾਈਆਂ ਚੱਲ ਪਈਆਂ ਆਪਸ 'ਚ। ਸੋ ਵੀਰੋ, ਜਦੋਂ ਪਹਿਲਵਾਨ ਹਾਰਦਾ ਹੋਵੇ ਨਾ, ਉਹ ਦੰਦੀਆਂ ਜਿਹੀਆਂ ਵੱਢਣ ਲੱਗ ਜਾਂਦਾ ਕੰਨਾਂ ਕੁੰਨਾਂ 'ਤੇ। ਇਹ ਉਹ ਜਿਹੇ ਕੰਮਾਂ 'ਤੇ ਆ ਗਏ, ਹੁਣ ਗਾਲਾਂ ਦੇਣ ਲੱਗ ਗਏ। ਬਠਿੰਡਾ ਗਿਆ ਇਹਨਾਂ ਦਾ ਐਤਕੀ, ਖਤਮ, ਟੱਬਰ ਹੀ ਖਤਮ ਜੀ। ਜਿਵੇਂ ਇਹਨਾਂ ਨੇ ਆਪਣੀਆਂ ਇੱਛਾਵਾਂ ਖਤਮ ਕੀਤੀਆਂ, ਜਿਵੇਂ ਆਪਣਾ ਫਿਊਚਰ ਖਤਮ ਕੀਤਾ, ਇਵੇਂ ਜਿਵੇਂ ਇਹਨਾਂ ਟੱਬਰ ਖਤਮ ਹੋ ਰਿਹਾ। ਹੁਣ ਅੱਜ ਮਿੰਨਤਾਂ ਕਰਨੀਆਂ ਪੈ ਰਹੀਆਂ ਨੇ, ਹਾਏ ਝਾੜੂ ਵਾਲੇ, ਹਾਏ ਹੋਏ ਝਾੜੂ ਵਾਲੇ, ਹੋਏ ਰੋਣ ਲੱਗ ਗਈ ਇੱਕ ਦਿਨ ਹਰਸਿਮਰਤ ਕੌਰ ਜੀ, ਬੀਬਾ ਜੀ। ਔਰ ਦੇਖੋ, ਪਹਿਲਾਂ ਨਾ ਹੰਕਾਰ ਨਾਲ ਲਿਖਦੀ ਹੁੰਦੀ ਸੀ, ਤੁਹਾਡੀ ਬਠਿੰਡੇ ਤੋਂ ਉਮੀਦਵਾਰ ਨੰਨੀ ਸ਼ਾਂ ਹਰਸਿਮਰਤ ਕੌਰ ਬਾਦਲ। ਹੁਣ ਬਠਿੰਡੇ ਬੋਰਡ ਲੱਗੇ ਹੋਏ ਨੇ, ਪਤਾ ਕੀ ਲਿਖਿਆ ਹੋਇਆ? ਨਿਮਾਣੀ ਸੇਵਾਦਾਰ। ਆਹਾ, ਮੈਂ ਕਿਹਾ ਜੀ ਆ ਜਾਓ ਨਿਮਾਣੇਪਣ 'ਤੇ ਆ ਜਾਓ। ਲੋਕ ਲਿਆਉਂਦੇ ਆ ਬਈ। ਮੈਨੂੰ ਦੇਖ ਕੇ, ਮੇਰੀ ਫੋਟੋ ਦੇਖ ਕੇ ਇਹਨਾਂ ਦੇ ਅੱਖਾਂ 'ਚ ਆਉਂਦਾ ਪਾਣੀ। ਹੁਣ ਨੰਨੀ ਸ਼ਾਂ ਤੋਂ ਬਣ ਗਈ ਨਿਮਾਣੀ। ਸੁਖਬੀਰ ਬਾਦਲ ਦਾ ਜਿਹੜਾ ਪਰਿਵਾਰ ਬਚਾਓ ਯਾਤਰਾ ਨਹੀਂ ਚੱਲ ਰਹੀ, ਤੁਰਿਆ ਜਾਂਦਾ ਹੁੰਦਾ ਹੈ ਸ਼ਹਿਰ 'ਚ, ਕੋਈ ਬੰਦਾ ਨਹੀਂ ਆਲੇ ਦੁਆਲੇ ਹੁੰਦਾ, ਬੰਦ ਦੁਕਾਨਾਂ ਨੂੰ ਐਂ ਕਰਦਾ ਜਾਂਦਾ ਹੁੰਦਾ, ਉਹਨੂੰ ਐਂ ਲੱਗੀ ਜਾਂਦਾ ਪਤਾ ਨਹੀਂ ਬੰਦੇ ਖੜੇ ਨੇ। ਝੋਲਾ ਦਿਖਣ ਲੱਗ ਗਿਆ ਇਹਨਾਂ ਨੂੰ। ਹਾਂਜੀ, ਲੱਡੂਆਂ ਦੇ ਪੈਸੇ ਮੰਗੀ ਜਾਂਦੇ ਆ ਹਲਵਾਈ। ਸੋ ਵੀਰੋ, ਇਹਨਾਂ ਤੋਂ ਕੀ ਉਮੀਦ ਕਰੋਗੇ ਜਿਹੜੇ ਗਰੀਬਾਂ ਦੇ ਪੈਸੇ ਵੀ ਨਹੀਂ ਦੇ ਸਕਦੇ। ਸੋ ਕਿੱਕਲੀ 'ਚ ਕੀ ਕਹਿੰਦੀ ਹੈ? ਆਪਦੇ ਹੀ ਰੋਣਾ ਰੋਂਦੀ ਹੈ। ਉਹ ਕਹਿੰਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ, ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ, ਸਮਝ ਕੁਛ ਆਵੇ ਨਾ, ਵੋਟ ਕੋਈ ਥਿਆਵੇ ਨਾ, ਮੱਖੀ ਉੱਡੇ ਨਾ ਪਿੰਡੇ ਤੋਂ, ਸੀਟ ਫਸ ਗਈ ਬਠਿੰਡੇ ਤੋਂ। ਜੋ ਕੀਤੇ ਕੰਮ ਭਗਵੰਤ ਨੇ, ਉਹ ਸਾਡੀ ਪਾਰਟੀ ਦਾ ਅੰਤ ਨੇ। ਰਿਸ਼ਵਤਖੋਰਾਂ ਨੂੰ ਕੋਈ ਢਿੱਲ ਨਹੀਂ, ਬਿਜਲੀ ਦਾ ਕੋਈ ਬਿੱਲ ਨਹੀਂ, ਕੱਸੀਆਂ 'ਚ ਪਾਣੀ ਹੈ, ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ। ਫਿਰ ਉਹ ਕਹਿੰਦੀ ਹੈ, ਫਿਰ ਉਹ ਇੱਕ ਹੋਰ ਦੁੱਖ ਵੀ ਰੋਂਦੀ ਹੈ, ਇੱਕ ਹੋਰ ਦੁੱਖ ਰੋਂਦੀ ਹੈ। ਕਹਿੰਦੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ, ਉਹ ਤੋਂ ਬਾਅਦ ਸਮਝੀ ਨਾ ਸੋਚੀ ਹੈ, ਅਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਹੈ। ਮੇਰਾ ਸੁੱਕੀ ਜਾਵੇ ਖੂਨ ਵੇ, ਨਾਲੇ ਉੱਡੀ ਜਾਏ ਸਕੂਨ ਵੇ, ਜਿਉਂ ਜਿਉਂ ਨੇੜੇ ਆਈ ਜਾਂਦੀ ਵੋਟਾਂ ਵਾਲੀ ਇੱਕ ਜੂਨ ਵੇ, ਅਸੀਂ ਮੌਜ ਬੜੀ ਲੁੱਟੀ ਹੈ, ਘੁੱਗੀ ਛਿੱਤਰ ਨਾਲ ਕੁੱਟੀ ਹੈ, ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਹੈ। ਲੈਤ ਕੀ 4 ਜੂਨ ਨੂੰ ਰਾਜਨੀਤੀ 'ਚੋਂ ਬਾਦਲ ਪਰਿਵਾਰ ਦੀ ਪੱਕੀ ਛੁੱਟੀ ਹੈ। ਬੋਲੇ ਸੋਨਿਹਾਲ, ਬਿਜਲੀ ਦੇ ਬਿੱਲ ਫ੍ਰੀ, ਬਿਜਲੀ ਦਾ ਬਿੱਲ ਨਹੀਂ ਆਉਂਦਾ, ਖੇਤਾਂ ਦੀਆਂ ਲਾਈਟ ਜਿਹੜੀ 24 ਘੰਟੇ ਦਿਨੇ ਵੀ ਆਊਗੀ, ਰਾਤ ਨੂੰ ਵੀ,
ਕੱਸੀਆਂ ਨਹਿਰਾਂ ਦਾ ਪਾਣੀ ਜਿਹੜਾ ਬੰਦ ਹੋ ਗਿਆ ਸੀ 25-25-30 ਸਾਲ ਤੋਂ ਉਹ ਚਲਾਤਾ। ਥਰਮਲ ਪਲਾਂਟ ਖਰੀਦ ਲਿਆ, ਗਰੀਬਾਂ ਨੂੰ ਰਾਸ਼ਨ ਕਣਕ ਜਮ੍ਹਾਂ ਤਾਜ਼ਾ ਕਣਕ ਦੇ ਰਹੇ ਹਾਂ, ਕੋਈ ਸੁਸਰੀ ਵਾਲੀ ਜਾਂ ਕੋਈ ਮਿੱਟੀ ਵਾਲੀ ਨਹੀਂ ਦੇ ਰਹੇ। ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਸਕੀਮਾਂ ਪਈਆਂ ਨੇ, ਨਕੋਦਰ ਸ਼ਹਿਰ ਦਾ, ਗੁਰਾਇਆਂ ਦਾ, ਮਾਨਸਾ ਦਾ, ਸਾਰੇ ਸ਼ਹਿਰਾਂ ਦਾ ਸੀਵਰੇਜ ਜਿਹੜਾ ਨਾ ਉਹ ਸਿਸਟਮ ਹੀ ਫੇਲ ਹੋ ਗਿਆ। ਉਦੋਂ ਮਾੜਾ ਲਾਇਆ ਮਟੀਰੀਅਲ, ਹੁਣ ਉਹ ਸਾਰਾ ਸ਼ਹਿਰ ਪੱਟਣਾ ਪੈ ਰਿਹਾ ਹੈ। ਸ਼ਹਿਰ ਵੱਧ ਗਏ ਉਹ ਤੋਂ ਬਾਅਦ ਤਾਂ ਉਹ ਨਵੇਂ ਜਿਹੜੀਆਂ ਨਵੀਆਂ ਕਲੋਨੀਆਂ ਬਣੀਆਂ ਉੱਥੇ ਸੀਵਰੇਜ ਹੀ ਹੈ। ਸੋ ਬਹੁਤ ਕੁਛ ਕਰਨਾ ਬਾਕੀ ਹੈ ਵੀਰੋ, ਬਸ 4 ਤਰੀਕ ਨੂੰ ਰਿਜ਼ਲਟ ਆਵੇ, 13-0 ਹੋ ਜੇ, ਤੁਹਾਡੀ ਜ਼ਿੰਮੇਵਾਰੀ ਖਤਮ, ਮੇਰੀ ਸ਼ੁਰੂ। ਕਿਉਂਕਿ ਵਿਰੋਧੀਆਂ ਦੇ ਜਿਹੜੇ ਗਲਤ ਖਬਰਾਂ ਫੜਾਉਂਦੇ ਆ ਉਹਨਾਂ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ। ਸੋ ਜਿਹੜੇ ਸਰਕਾਰ ਤਾਂ ਆਪਣੇ ਕੋਲ ਹੈ, ਕੰਮ ਤਾਂ ਆਪਾਂ ਕਰਨੇ ਨੇ, ਫਿਰ ਆਪਾਂ ਹੋਰ ਕਿਸੇ ਨੂੰ ਵੋਟ ਪਾ ਕੇ ਕਿਉਂ ਵੋਟ ਖਰਾਬ ਕਰਨੀ ਹੈ? ਡਬਲ ਟ੍ਰਿਪਲ ਹੋ ਜੂਗਾ, ਨਾਲੇ ਉੱਪਰੋਂ MPLAD ਦੇ ਪੈਸੇ ਆਇਆ ਕਰਨਗੇ, ਨਾਲੇ ਇੱਥੋਂ ਸਰਕਾਰ ਹੈ, ਡਬਲ ਟ੍ਰਿਪਲ ਕੰਮ ਹੋਇਆ ਕਰੂਗਾ, ਔਰ ਕੰਮ ਹੋਇਆ ਕਰੂਗਾ। ਇਸ ਗੱਲ ਦੀ ਮੈਂ ਜ਼ਿੰਮੇਵਾਰੀ ਲੈਂਦਾ, ਕਿਉਂਕਿ 2.25 ਸਾਲ ਹੋ ਗਏ, ਮੇਰੇ 'ਤੇ 1 ਰੁਪਈਏ ਦਾ ਇਲਜ਼ਾਮ ਲਾ ਕੇ ਦਿਖਾ ਦਿਓ ਕਿ 1 ਰੁਪਈਆ ਮੁੱਖ ਮੰਤਰੀ ਤੁਹਾਡਾ ਜਿਹੜਾ ਉਹ ਖਾ ਗਿਆ। ਸੋ ਮੈਂ ਮਾਲਵੇ 'ਚੋਂ ਆਇਆ, ਕੱਲ੍ਹ ਮਾਨਸਾ ਬੁਲਾਡਾ, ਕੱਲ੍ਹ ਮੈਂ ਮੌੜ ਮੰਡੀ, ਤਲਵੰਡੀ ਸਾਬੋ, ਪੁੱਚੋ ਮੰਡੀ ਉੱਧਰ ਸੀ, ਕੱਲ੍ਹ ਨੂੰ ਮੈਂ ਭੁਲੱਥ, ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ, ਅਜਨਾਲਾ ਇੱਧਰ ਜਾਊਂ। ਮੈਂ ਤਾਂ 4-5 ਗੇੜੇ ਕੱਢਤੇ, 4-5 ਹੋਰ ਕੱਢੂੰ, ਕਿਉਂਕਿ ਜਿੰਨਾ ਚਿਰ ਇਹਨਾਂ ਦੀਆਂ ਜੜ੍ਹਾਂ ਨਹੀਂ ਪੱਟੀਆਂ ਜਾਂਦੀਆਂ ਮੈਂ ਤਾਂ ਨਹੀਂ ਟਿੱਕ ਕੇ ਬਹਿੰਦਾ। ਆਹ BJP ਵਾਲੇ, ਕਾਂਗਰਸ ਵਾਲੇ, ਅਕਾਲੀ ਸਾਰੇ ਇਹ ਸਾਡੀਆਂ 3-3 ਪੀੜ੍ਹੀਆਂ ਖਾ ਗਏ ਸਾਡੀਆਂ। ਅੰਦਰ ਵੀ ਕਰਾਂਗੇ, ਨਾ ਬੈਠੇ ਨੇ, ਅੰਦਰ ਵੀ ਬੈਠੇ ਨੇ ਕਈ, 3-3 ਆਪਦੇ ਮਹਿਲ ਪਾ ਲਏ, ਸਾਡੀਆਂ ਛੱਤਾਂ ਚੋਈ ਜਾਂਦੀਆਂ, ਆਪਦੇ ਮਹਿਲ ਪਾ ਲਏ, ਪਹਾੜਾਂ 'ਚ ਮਹਿਲ ਪਾ ਲਏ। ਕਿੱਥੋਂ ਆਇਆ ਪੈਸਾ? ਇਹ ਸਾਰਾ ਲੋਕਾਂ ਦਾ ਪੈਸਾ ਹੈ ਵੀਰੋ। ਸੁਖਬੀਰ ਬਾਲ ਦਾ ਇੱਕ ਉਹ ਹੈ, ਹੋਟਲ ਹੈ ਸੁੱਖ ਵਿਲਾਸ, ਉਹ ਨਿਊ ਚੰਡੀਗੜ੍ਹ ਦੇ ਜਿਹੜਾ ਪਹਾੜਾਂ 'ਚ ਪਾਇਆ, ਇੰਨਾ ਮਹਿੰਗਾ ਹੋਟਲ ਹੈ, ਹਰੇਕ ਕਮਰੇ ਦੇ ਮਗਰਲੇ ਪਾਸੇ ਪਰਸਨਲ ਸਵਿਮਿੰਗ ਪੂਲ ਹੈ, 7 ਲੱਖ ਰੁਪਇਆ ਘੱਟੋ ਘੱਟ ਕਿਰਾਇਆ ਕਮਰੇ ਦਾ, ਇੱਕ ਰਾਤ ਦਾ 7 ਲੱਖ। ਇੱਕ ਬੰਦਾ ਜ਼ਿੰਦਗੀ 'ਚ ਪੂਰੀ 'ਚ 7 ਲੱਖ ਨਹੀਂ ਦੇਖ ਸਕਦਾ ਗਰੀਬ ਨਹੀਂ। ਉੱਥੇ ਆਪਾਂ ਕੀ ਕਰਾਂਗੇ ਨਾ, ਉੱਥੇ ਸਕੂਲ ਬਣਾਵਾਂਗੇ, ਨਾਲੇ ਨਾਰਾ ਲੱਖ ਦਾਂਗੇ ਵੀ ਦੁਨੀਆਂ ਦਾ ਸਭ ਤੋਂ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ। ਠੀਕ ਹੈ ਨਾ, ਆਪੀ ਕੋਰਟਾਂ 'ਚੋਂ ਸਾਬਤ ਕਰੀ ਜਾਊ, ਮੇਰਾ ਮੇਰਾ, ਅਸੀਂ ਕਹਾਂਗੇ ਕਰਪਸ਼ਨ ਦੇ ਪੈਸੇ ਦਾ।